ਇੱਥੇ ਪੂਰੀ ਰਾਤ ਹੋ ਜਾਏਗੀ, ਕਾਫੀ ਜ਼ਿਆਦਾ ਮਟੀਰੀਅਲ ਹੈ ਪਰ ਕੁਛ ਮੈਂ ਬਰੀਫ ਮਟੀਰੀਅਲ ਤੁਹਾਡੇ ਨਾਲ ਸਾਂਝਾ ਕਰਾਂਗਾ ਅਤੇ ਉਹ ਤੁਹਾਨੂੰ ਕਾਫੀ ਹੈਲਪ ਕਰੇਗਾ ਪੇਪਰ ਵਿੱਚ। ਜਿਸ ਤਰ੍ਹਾਂ ਜਰਨਲ ਕਰੈਕਟਰ ਆਫ ਐਲਗੀ, ਇਹ ਵੀ ਨੋਟਸ ਮੈਂ ਤਿਆਰ ਕੀਤੇ ਨੇ ਅਤੇ ਇਹ ਵੀਡੀਓ ਪਈ ਹੋਈ ਹੈ ਯੂਟਿਊਬ 'ਤੇ ਮੇਰੀ, ਇਹ ਤੁਸੀਂ ਦੇਖ ਸਕਦੇ ਹੋ। ਇਹ ਕਿਸੇ ਇੱਕ ਬੁੱਕ ਦੇ ਨੋਟਸ ਨਹੀਂ ਨੇ, ਕਾਫੀ ਬੁੱਕਸ ਦਾ ਕੰਬੀਨੇਸ਼ਨ ਹੈ ਅਤੇ ਈਵਨ ਬੈਸਟ ਬੁੱਕਸ ਨੇ ਜੋ ਤੁਹਾਨੂੰ ਹੈਲਪ ਕਰਨੀ ਹੈ। ਨੈਕਸਟ ਟੋਪਿਕ ਹੈ ਫੰਗਸ ਦੀ ਕਲਾਸੀਫਿਕੇਸ਼ਨ, ਕਲਾਸੀਫਿਕੇਸ਼ਨ ਆਫ ਫੰਜਾਈ ਦਾ, ਇਹ ਵੀ ਨੋਟਸ ਮੈਂ ਆਪ ਤਿਆਰ ਕੀਤੇ ਨੇ। ਉਸ ਤੋਂ ਬਾਅਦ ਫੋਟੋ ਫਾਸਫੋਰਾਈਲੇਸ਼ਨ, ਉਸਦੇ ਬਾਅਦ ਫੋਟੋ ਰੈਸਪੀਰੇਸ਼ਨ, ਕੈਮ ਸਾਈਕਲ ਦੇ ਨੋਟਸ ਨੇ। ਫਾਈਵ ਕਿੰਗਡਮ ਸਿਸਟਮ ਬਾਏ ਆਰ ਐਚ ਬੀ ਟੇਕਰ, ਜਰਨਲ ਕਰੈਕਟਰਿਸਟਿਕਸ ਆਫ ਦਾ ਫੰਜਾਈ, ਸੋ ਤੁਸੀਂ ਦੇਖ ਸਕਦੇ ਹੋ। ਆਈ ਹੈਵ ਟਰਾਈ ਟੂ ਇਨਕਲੂਡ ਈਚ ਐਂਡ ਐਵਰੀ ਆਸਪੈਕਟਸ ਦੈਟ ਕੈਨ ਬੀ ਆਸਕਡ ਇਨ ਦਾ ਐਗਜ਼ਾਮ, ਸੋ ਉਹਦੇ ਅਕੋਰਡਿੰਗ ਹੀ ਤਿਆਰੀ ਕੀਤੀ ਹੈ। ਨੈਕਸਟ ਬੋਟਨੀ ਦਾ ਟੋਪਿਕ ਹੈ ਓਪਨਿੰਗ ਐਂਡ ਕਲੋਜ਼ਿੰਗ ਆਫ ਸਟੋਮੈਟਾ, ਕਿਉਂਕਿ ਬੋਟਨੀ ਦੀ ਹੀ ਜ਼ਿਆਦਾਤਰ ਮੁਸ਼ਕਿਲ ਆਉਂਦੀ ਹੈ ਪੇਪਰ ਦੇ ਵਿੱਚ ਅਤੇ ਕਾਫੀ ਕੋਸ਼ਿਸ਼ ਕੀਤੀ ਹੈ ਤਿਆਰ ਕਰਨ ਦੀ। ਟਾਈਪ ਆਫ ਵੈਸਕੂਲਰ ਬੰਡਲ ਕਿਸ ਤਰ੍ਹਾਂ ਯਾਦ ਰੱਖਣੇ ਨੇ, ਟਰਾਂਸਪੀਰੇਸ਼ਨ ਪੁੱਲ ਥਿਊਰੀ, ਗ੍ਰਾਮ ਪੋਜ਼ਿਟਿਵ ਗ੍ਰਾਮ ਨੈਗੇਟਿਵ ਬੈਕਟੀਰੀਆ, ਡਿਫਰੈਂਸ ਬਿਟਵੀਨ ਗ੍ਰੀਨ ਬਰਾਊਨ ਐਂਡ ਰੈਡ ਐਲਗੀ। ਇਹ ਦੋਸਤੋ ਜੋ ਮੇਰਾ ਨੋਟਿਸ ਨੇ ਵੀਡੀਓ ਹੈ, ਇਹ ਮੈਂ ਪਾਇਆ ਹੋਇਆ ਇਕਨੋਮਿਕ ਇੰਪੋਰਟੈਂਸ ਆਫ ਐਲਗੀ, ਇਹਦੇ ਆਲਮੋਸਟ 15,000 ਵਿਊਜ਼ ਹੋ ਚੁੱਕੇ ਨੇ ਯੂਟਿਊਬ 'ਤੇ। ਸੋ ਇਹ ਨੋਟਸ ਕਾਫੀ ਫਰੈਂਡਸ ਨੇ ਡਿਮਾਂਡ ਕੀਤੇ ਨੇ, ਤੁਸੀਂ ਕਮੈਂਟ ਬਾਕਸ ਵਿੱਚ ਪੜ੍ਹ ਸਕਦੇ ਹੋ। ਇਕਨੋਮਿਕ ਇੰਪੋਰਟੈਂਸ ਆਫ ਬੈਕਟੀਰੀਆ ਵੀ ਵੀਡੀਓ ਨੈੱਟ 'ਤੇ ਪਿਆ ਹੋਇਆ, ਇਹਦੇ ਵੀ ਕਾਫੀ ਨੋਟਸ ਨੇ ਵਿਊਜ਼ ਨੇ। ਸ਼ੇਪਸ ਆਫ ਬੈਕਟੀਰੀਆ, ਸੋ ਇਹ ਮੇਰਾ ਵੀਡੀਓ ਮੇਰੇ ਜੋ ਵਿਊਵਰਸ ਨੇ ਜੋ ਚੈਨਲ ਨੂੰ ਪਿਆਰ ਕਰਦੇ ਨੇ ਉਹਨਾਂ ਲਈ ਵੀਡੀਓ ਹੈ, ਜਾਂ ਜੋ ਟਾਈਮ ਪਾਸ ਕਰਨ ਲਈ ਚੈਨਲ 'ਤੇ ਆਉਂਦੇ ਨੇ ਉਹਨਾਂ ਲਈ ਨਹੀਂ ਹੈ। ਅਤੇ ਉਹ ਸਮਝ ਸਕਦੇ ਨੇ ਵੀ ਮੈਂ ਕਿਸ ਤਰ੍ਹਾਂ ਮਿਹਨਤ ਨਾਲ ਚੈਨਲ 'ਤੇ ਕੰਮ ਕਰ ਰਿਹਾ ਤਕਰੀਬਨ 3 ਸਾਲ ਤੋਂ। ਐਂਜਾਈਮ ਨਾਲ ਰਿਲੇਟਡ ਵੀਡੀਓ, ਐਂਜਾਈਮ ਦੀ ਕਲਾਸੀਫਿਕੇਸ਼ਨ ਐਂਡ ਫੰਕਸ਼ਨ, ਲਾਈਟ ਰਿਐਕਸ਼ਨ ਡਾਰਕ ਰਿਐਕਸ਼ਨ ਦੇ ਵਿੱਚ ਪਿਗਮੈਂਟਸ, ਫੋਟੋਸਿੰਥੇਸਿਸ ਅਬਜ਼ੋਰਪਸ਼ਨ ਐਕਸ਼ਨ ਸਪੈਕਟਰਾ, ਫੋਟੋਸਿਸਟਮ 1, ਫੋਟੋਸਿਸਟਮ 2, ਫੋਟੋਸਿੰਥੇਸਿਸ ਪਿਗਮੈਂਟ ਜੋ ਨੇ ਡਿਟੇਲ ਦੇ ਵਿੱਚ। ਸੋ ਦੋਸਤੋ ਅਨਗਿਣਤ ਨੋਟਸ ਨੇ, ਕਾਫੀ ਸਟੱਡੀ ਮਟੀਰੀਅਲ ਹੈ ਅਤੇ ਮੈਂ ਇਹਨਾਂ ਦੇ ਜੋ ਪ੍ਰਾਈਸਿਸ ਈਵਨ ਜੈਨੂਅਨ ਹੀ ਰੱਖੇ ਨੇ ਅਤੇ ਬਾਕੀ ਟਾਈਪ ਨਹੀਂ ਕੀਤੇ ਹੋਏ ਜਾਂ ਇਹ ਨਹੀਂ ਹੈ ਕਿਉਂਕਿ ਮੈਂ ਕੋਈ ਮੇਰੇ ਕੋਲ ਇਤਨਾ ਸਿਸਟਮ ਨਹੀਂ ਹੈ। ਸੋ ਜ਼ਿਆਦਾ ਗੱਲਾਂ ਨਾ ਕਰਦਾ ਹੋਇਆ ਮੈਂ ਤੁਹਾਨੂੰ ਇਹੀ ਦੱਸਣਾ ਚਾਹੂੰਗਾ ਕਿ ਇਹ ਜੋ ਬੈਸਟ ਸਟੱਡੀ ਮਟੀਰੀਅਲ ਹੈ ਅਤੇ ਈਵਨ ਇੰਨੇ ਕਨਵੀਨੀਅੰਟ ਰੇਟ, ਜੋ 4,000 ਕੋਈ ਇੰਨਾ ਵੱਡਾ ਨਹੀਂ ਹੈ ਕਿਉਂਕਿ ਅਕੈਡਮੀ ਵਿੱਚ 15-15, 20,000 ਦੇ ਵੀ ਨੋਟਸ ਵਿਕਦੇ ਨੇ। ਈਵਨ ਮੈਂ ਆਪਣੇ ਸਟੂਡੈਂਟਸ ਨੂੰ 3,000 ਦੇ ਵਿੱਚ ਵੀ ਕਨਸੈਸ਼ਨ ਦੇ ਕੇ ਦੇ ਰਿਹਾ। ਜੇ ਤੁਸੀਂ ਪੇਜ ਦੇ ਹਿਸਾਬ ਨਾਲ ਵੀ ਕਾਊਂਟ ਕਰ ਲਓ ਤਾਂ ਪੇਜ ਮੇਰੇ ਖਿਆਲ 'ਚ 4-5,000 ਪੇਜ ਬਣੇਗਾ। ਸੋ ਫੋਟੋ ਕਾਪੀ ਕਰਵਾਓ ਕਿੰਨਾ ਬਣਦਾ ਹੈ, ਅਤੇ ਬੈਸਟ ਨੋਟਸ ਨੇ ਮੇਰੇ ਅਕੋਰਡਿੰਗ ਅਤੇ ਇਹਨਾਂ ਨੋਟਸਾਂ ਦੀ ਬਦੌਲਤ ਹੀ ਮੈਂ ਨੈੱਟ ਕੁਆਲੀਫਾਈ ਕੀਤਾ ਹੈ ਅਤੇ ਹੋਰ ਵੀ ਕਾਫੀ ਟੈਸਟ ਕਲੀਅਰ ਕੀਤੇ ਨੇ। ਸੋ ਤੁਹਾਨੂੰ ਜ਼ਰੂਰ ਇਹ ਨੋਟਸ ਲੈਣੇ ਚਾਹੀਦੇ ਨੇ ਆਪਣੇ ਪ੍ਰੈਪਰੇਸ਼ਨ ਵਧੀਆ ਤਰੀਕੇ ਨਾਲ ਕਰਨ ਦੇ ਲਈ। ਸੋ ਥੈਂਕ ਯੂ ਵੈਰੀ ਮੱਚ, ਮੈਨੂੰ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਏਗਾ। ਥੈਂਕ ਯੂ ਵੈਰੀ ਮੱਚ।